لتؤمنوا بالله ورسوله وتعزروه وتذكروه. صدق الله العظيم. إن الله وملائكته يصلون على النبي. يا أيها الذين آمنوا صلوا عليه وسلموا تسليما. الصلاة والسلام عليك يا رسول الله وعلى آلك وأصحابك يا حبيب الله. الصلاة السلام عليك يا خاتم النبيين وعلى آلك وأصحابك يا محبوب رب العالمين. حمد صلاة بعد قبل قدر سامعین کرام، السلام علیکم. اج دے جمعۃ المبارک دے اس پروقار اور خوبصورت موقع تے اسی حضور دی اور حضور دی گھر والے بالخصوص حضرت سیدہ عائشہ صدیقہ رضی اللہ تعالی عنہ انہا آپ دی عظمت دے حوالے نال گفتگو کران گے. اج پورے ملک دے اندر احتجاجی مظاہرے بھی ہو رہے نے، ہون گے، اور پوری امت مسلمہ دا دل دکھی کیتا ہے. بھارت جنتا پارٹی جویں ایتھے پارٹیاں ہوندیاں سیاسی، ایویں بھارت دی پارٹی ہے بھارت جنتا پارٹی بی جے پی، اس دی ایک رکن نے حضرت سیدہ خاتون جنت ام المؤمنین صدیقہ کائنات صدیقہ بنت صدیق حضرت سیدہ عائشہ صدیقہ رضی اللہ تعالی عنہا آپ دے اور حضور صلی اللہ علیہ وآلہ وسلم دے بارے، یعنی آپ دے نکاح دے بارے اس بے ہودگی والے الفاظ بولنے لے. میں اس موقع تے اس فیل جڑا انہاں کم کیتا ہے اس دی مذمت تے اسی سارے کردے ہاں، لیکن کاش کدی اسی یہ بھی سمجھ جاندے جن نے رب نو نہیں منیا، رب دے رسول نو نہیں منیا، ساڈا ان دا تعلق کیڑا ہے. سب تو پہلی تے آ چیز ہے نا. ہن ویکھو نا، او سکھ نے، ہندو نے، وہ گائے
ਗਾਂ ਨੂੰ ਆਪਣੀ ਮਾਂ ਸਮਝਦੇ ਨੇ, ਬੁੱਤਾਂ ਦੀ ਪੂਜਾ ਕਰਦੇ ਨੇ। ਹੁਣ ਹਰ ਘਰ ਦੇ ਅੰਦਰ ਡਿਸ਼ ਲੱਗੀ ਹੋਵੇ ਮੁਸਲਮਾਨਾਂ ਦੇ, ਫਿਲਮ ਉਹਨਾਂ ਹਿੰਦੂਆਂ ਦੀ ਚੱਲਦੀ ਪਈ ਹੋਵੇ, ਡਰਾਮਾ ਉਹਨਾਂ ਸਿੱਖਾਂ ਦਾ ਲੱਗਿਆ ਹੋਵੇ, ਮਸੀਤੀ ਬਹਿ ਕੇ ਆਖੀਏ ਬਈ ਉਹ ਵਾਂਝਦੇ ਵਾਂਝਨੇ ਵਾਂਝਨੇ। ਭਾਈ ਜਾਨ, ਹੁਣ ਗੈਰਤ ਇਮਾਨੀ ਦਾ ਤਕਾਜ਼ਾ ਤੇ ਇਹ ਹੀ ਹੈ ਨਾ ਬਈ ਜੇ ਉਹਨਾਂ ਸਾਡੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਤੁਹੀਨ ਕੀਤੀ ਹੈ ਤੇ ਅੱਜ ਤੋਂ ਬਾਅਦ ਅਸਾਂ ਉਹਨਾਂ ਦੀ ਕਿਸੇ ਸ਼ੈ ਨਾਲ ਤਾਲੁਕ ਨਹੀਂ ਰੱਖਣਾ। ਕਿਉਂ? ਜਿਨ੍ਹਾਂ ਦਾ ਸੋਹਣੇ ਨਬੀ ਨਾਲ ਤਾਲੁਕ ਕੋਈ ਨਹੀਂ, ਉਹਨਾਂ ਦਾ ਸਾਡੇ ਨਾਲ ਕੋਈ ਨਹੀਂ। ਜਜ਼ਬਾਤੀ ਜੇ ਅਸੀਂ ਕੌਮ ਹਾਂ, ਜਜ਼ਬਾਤੀ ਹੋ ਕੇ ਤੇ ਨਾਰੇ ਮਾਰ ਛੱਡਦੇ ਹਾਂ ਤੇ ਜਜ਼ਬਾਤੀ ਦੀਆਂ ਗੱਲਾਂ ਦੋ ਚਾਰ ਕੀਤੀਆਂ ਤੇ ਉਹ ਗਏ। ਭਾਈਆ, ਜਜ਼ਬਾਤੀ ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ। ਹੁਣ ਮੈਂ ਇੱਥੇ ਬਹਿ ਕੇ ਆਖਾਂ ਬਜਨਾਬੇ ਵਾਲਾ, ਮੈਂ ਉਹ ਫਲਾਣਾ ਨਹੀਂ ਕਰ ਦੇਣਾ, ਮੈਂ ਕਸ਼ਮੀਰ ਵੀ ਆ ਹੁਣ ਇੱਥੋਂ ਉੱਠਣਾ ਤੇ ਮੈਂ ਆਜ਼ਾਦ ਕਰਾ ਛੱਡਣਾ ਤੇ ਮੈਂ ਭਾਰਤ 'ਚ ਵੀ ਇਸਲਾਮ ਦਾ ਕਾਨੂੰਨ ਨਾਫਜ਼ ਕਰਾ ਛੱਡਣਾ। ਹੁਣ ਇੱਥੇ ਬਹਿ ਕੇ ਗੱਲ ਕਰਕੇ ਉੱਠ ਕੇ ਅੰਦਰ ਬਹਿ ਕੇ ਰੋਟੀ ਪਾਣੀ ਖਾਵਾਂ ਤੇ ਸੌਂ ਜਾਵਾਂ, ਮੇਂਜ ਤੇ ਕਸ਼ਮੀਰ ਆਜ਼ਾਦ ਕੋਈ ਨਹੀਂ ਨਾ ਹੋਣਾ। ਹੈਂ, ਨਾਰਾ ਮਾਰੀਏ ਬਸ ਹਜ਼ੂਰ ਦੇ ਗੁਲਾਮ ਆ, ਫਿਲਮਾਂ ਵੇਖੀਏ ਡਰਾਮੇ ਵੇਖੀਏ ਉਹਨਾਂ ਦੇ ਕ੍ਰਿਕਟਰਾਂ ਜਾਂ ਫਿਲਮ ਜਿਹੜੇ ਉਹ ਇੰਡਸਟਰੀ 'ਚ ਹੁੰਦੇ ਨੇ ਉਹਨਾਂ ਦੇ ਵਰਗੇ ਵਾਲ ਬਣਾਵੀਏ, ਉਹਨਾਂ ਦੇ ਵਰਗੇ ਕੱਪੜੇ ਪਾਵੀਏ, ਉਹਨਾਂ ਦੇ ਵਰਗੇ ਫੈਸ਼ਨ ਕਰੀਏ ਤੇ ਨਾਰਾ ਇਹ ਮਾਰੀਏ ਬਸ ਹਜ਼ੂਰ ਦੇ ਗੁਲਾਮ ਆ। ਹੁਣ ਪੁੱਤਰ ਇਹ ਦੋ ਗੱਲਾਂ ਰਲਦੀਆਂ ਨੇ, ਜੀ ਕੋ ਸਮਝ ਆਈ ਮੇਰੀ ਗੱਲ ਦੀ ਕਿ ਨਹੀਂ ਆਈ? ਸਮਝ ਆ ਗਿਆ? ਹਜ਼ੂਰ ਦੇ ਗੁਲਾਮ ਆ, ਫਿਰ ਜ਼ੁਬਾਨ ਉੱਤੇ ਜ਼ਿਕਰ ਵੀ ਹਜ਼ੂਰ ਦੇ ਸੋਹਣਾ ਲੱਗਦਾ ਹੈ। ਮੀਆਂ ਸਾਹਿਬ ਫਰਮਾਉਂਦੇ ਨੇ, ਨਸਰ ਅਲੀ ਬੱਜੋ ਜਿਸ ਦਾ ਆਸ਼ਕ ਹੋਵੇ ਉਸੇ ਦੀ ਗੱਲ ਕਰਦਾ, ਸੌ ਸੌ ਮਕਰ ਬਹਾਨੇ ਕਰਕੇ ਉਸੇ ਦੇ ਮਰਨੇ ਮਰਦਾ। ਜੇ ਤੇ ਹਜ਼ੂਰ ਦੇ ਆਸ਼ਕ ਆ ਨਾ, ਮੈਂ ਬੁਨਿਆਦੀ ਤੌਰ ਤੇ ਗੱਲ ਪਿਆ ਸਮਝਾਉਣਾ, ਬੁਨਿਆਦੀ ਗੱਲ। ਮੈਂ ਤਕਰੀਰ ਅੱਗੇ ਤੁਹਾਨੂੰ ਮਜ਼ੀਦ, ਕਿਹੜਾ ਬੰਦਾ ਜਿਹੜਾ ਇੱਥੇ ਬੈਠਾ ਇਹ ਗੱਲ ਨਹੀਂ ਜਾਣਦਾ ਵੈ, ਅਸੀਂ ਹਰ ਸ਼ੈ ਕਬੂਲ ਕਰ ਲਵਾਂਗੇ ਲੇਕਿਨ ਸੋਹਣੇ ਨਬੀ ਦੀ ਗੁਸਤਾਖੀ ਸਾਥੋਂ ਕਬੂਲ ਹੁੰਦੀ? ਇੱਕ ਨਾ ਜਵੇਦ ਚੌਧਰੀ ਹੈ ਕਾਲਮ ਨਗਾਰ, ਐਕਸਪ੍ਰੈਸ ਨਿਊਜ਼ ਤੇ ਨਾ ਉਹ ਕੱਲ ਤੱਕ ਪ੍ਰੋਗਰਾਮ ਦਾ ਹੋਸਟ ਵੀ, ਉਸ ਦਾ ਮੈਂ ਮੁਕਾਲਮਾ ਇੱਕ ਪੜ੍ਹਿਆ ਤੇ ਮੈਂ ਹੈਰਾਨ ਹੋ ਗਿਆ। ਕਹਿੰਦਾ ਕਿ ਮੈਂ ਬਾਹਰ ਕਿਸੇ ਮੁਲਕ 'ਚ, ਯੂਰਪੀ ਮੁਲਕ 'ਚ ਆਇਆ ਤੇ ਉੱਥੇ ਇੱਕ ਐਸੇ ਬੰਦੇ ਨਾਲ ਮੇਰੀ ਮੁਲਾਕਾਤ ਹੋ ਗਈ ਜਿਹੜਾ ਹਾਇਆ ਯਹੂਦੀ ਲੇਕਿਨ ਸ਼ਕਲ ਸ਼ੁਬਾ ਤੋਂ ਮੁਸਲਮਾਨਾਂ ਵਾਲੀ ਬਣਾਈ। ਮੈਂ ਉਸਨੂੰ ਪੁੱਛਿਆ ਕਿਹੜੇ ਮੁਲਕ ਦਾ ਹੈ, ਕਿੱਥੋਂ ਹੈ, ਕੀ ਕਰ ਰਹੇ ਇੱਥੇ? ਉਸ ਆਖਿਆ ਮੈਂ ਇਸਲਾਮਿਕ ਸਟੱਡੀਜ਼ ਯਾਨੀ ਦੀਨੀ ਮਾਲੂਮਾਤ ਜੋ ਹੈ ਨਾ ਉਹਨਾਂ 'ਚ ਪੀ ਐਚ ਡੀ ਕੀਤੀ ਹੈ, ਮੁਕੰਮਲ ਕਰ ਲਈ ਹੈ 5 ਸਾਲਾਂ 'ਚ। ਵੈਸੇ ਮੈਂ ਯਹੂਦੀ ਹਾਂ। ਉਸ ਆਖਿਆ ਬੰਦਾ ਯਹੂਦੀ ਤੇ ਇਸਲਾਮ ਉੱਤੇ ਪੀ ਐਚ ਡੀ ਕਰਦਾ ਹੈ ਪਿਆ, ਵਜ੍ਹਾ? ਉਸ ਆਖਿਆ ਮੈਂ ਰਿਸਰਚ ਕਰਨੀ ਸੀ ਬੇ ਮੁਸਲਮਾਨ ਦਹਿਸ਼ਤਗਰਦ ਕਿਵੇਂ ਬਣਦਾ ਹੈ, ਇਹ ਮੁਸਲਮਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਦੇਹ ਕਿਵੇਂ ਛੱਡਦਾ ਹੈ, ਇਹਦੇ ਵਿੱਚ ਸ਼ੈ ਕੀ ਹੈ ਜਿਹੜੀ ਇਹ ਲੜਾਈ ਦੀ ਹੱਦ ਤੱਕ
एक दूजे की जान लै दे लेंदे ने, यह वजह की है? उस आख्या मैं हुण तैनूं दसां चौधरी भई, यह सारी कहानी दे विच मैं नतीजे किहड़े ते पड़िया? अगले दे गल में लग जांदा है। पूरा लुबे लुबाब नचोड़ पे देना, मुसलमान जो मर्जी करते रहो, जो मर्जी आंदे रहो, जिवे मर्जी लिताड़ते रहो, गुण मनोया रहा है। लेकिन इन्होंने नबी की गल करिए ना, यानी हजरत मुहम्मद सल्लल्लाहु अलैहि वसल्लम मोड़े भावे दाड़ी होवोस या ना होस, मोड़े पढ़िया होवे या अनपढ़ होवे, मोड़े जिस रंग का भी होवे, बस कलमा जिन्हें पढ़िया ना, वो अपने नबी की गुस्ताखी नहीं बर्दाश्त कर सकता है। फिर जमात अली शाह साहब आपने एक वाक्या सुनाया, अमृतसर के अंदर जलसा सी खत्मे बुखारी शरीफ, उस दे विच आपने वाक्या सुनाया। अब फरमाते ने कि एक जगह थे ना एक ईसाई अपने चर्च के सामने खलो के, जिवें साड़ी इबादत गावां मसाजिद हुंदियां, कोई एहतजाजी सिलसिला सी या कोई हुनंदा दिन सी, वहां सामने खलो के लोगों नूं गल्लां दसे पिया, तो गल्लां दसदियां दसदियां ना जनाबे हजरत मुहम्मद सल्लल्लाहु अलैहि व आलिहि वसल्लम आप दी शान दे अंदर नाज़ेबा जुमले बोले। भाई तकरीर दी समझ आउंदी भी है सजना? नाज़ेबा जुमले बोले, उंदे विच ना एक भंगी आया, भंगी अजीब इत्तफाक के ओ भंग वाला सोटा भी उनके हाथ च आया। उस जिसले हुजूर सल्लल्लाहु अलैहि वसल्लम दे बारे नाज़ेबा जुमले बोले ना, ओ भंगी उठिया और सगा पादरी साहब गल सुनो मेरी, अपने मजहब ईसाइयत की गल पे करदा है, हजरत ईसा अलैहि सलाम दी शान पे बयान करदा है, ते कर असी भी हजरत ईसा अलैहि सलाम दी शान सुनने आ, शान बयान करने आ, किसे मुसलमान नु तू ना वेखेंदा बा हजरत ईसा अलैहि सलाम दी तुहीन करे, क्यों भला? साडा ईमान ही मुकम्मल तां हुंदा है जे असी हर नबी ते ईमान लै आवीए। आमन तो बिल्ला, ईमान दी सिफतां पढ़दे ना ते आमन तो बिल्ला, मैं अल्लाह ते ईमान ले आया, व मलाइकतिही ओदे सारे फरिश्तियां ते ईमान ले आया, व कुतुब ही ओ नाजल करदा सारियां किताबां ते ईमान ले आया, व रसूल ही, भाई जितने रसूल नबी ने सारियां दे उत्ते असी ईमान, ए ईमान लियावीए ते तां असी आप ईमान आले बनने आ, सारे रसूलां ते ईमान लियावीए ते तां असी ईमान आले बनने आ। उस भंगी उन आख्या जो मर्जी कर ले, जियो जिया गल्लां करनियां नहीं कर ले, साडे नबी दे बारे गल ना करी। उस आख्या भंगी जिहा है बंदा भी कोई है? उस दूजी बारी मुड़ च गल कीती, वह भंगी मुड़ उठा, उस आख्या पादरी मैं तेनू आंदा पिया ना कर। उस त्रीजी बारी जिसले सोने पाक नबी सल्लल्लाहु अलैहि वसल्लम दी शान दे विच तुहीन आला जुमला बोलिया ना, वो मुतार उनके हाथ चाहिए, उस अडोल जी मुतार इत्थे कीती, उठ के बज बग्गा लगा गया, उस जांदा जाके उनके सिर दे विच मारी, ते मारी उस इंज सिर दे टोटे हो गए, उत्थे ही मर गया, डॉक्टर भी ना पड़िया, बंदा मर गया।
ਹੁਣ ਉਹ ਜਿਸਲੇ ਉਹਨਾਂ ਦਾ ਈਸਾਈਆਂ ਦੇ ਚਰਚ ਵਾਲਾ ਬੰਦਾ ਮਰ ਗਿਆ, ਉਹਨਾਂ ਦਾ ਵੱਡਾ ਉਹ ਜਨਾਬੇ ਵਾਲਾ ਉਹ ਜਿਹੜਾ ਪਾਦਰੀ ਮਰ ਗਿਆ, ਉਹਦੇ ਤੇ ਕੇਸ ਹੋ ਗਿਆ। ਕੇਸ ਹੋਇਆ ਜਿਸਲੇ ਜੱਜ ਅੱਗੇ ਗਿਆ, ਜੱਜ ਆਖਿਆ ਮੈਂ ਸਜ਼ਾਏ ਮੌਤ ਨਹੀਂ ਦਿੰਦਾ, ਮੈਂ ਬਰੀ ਕੀਤਾ। ਉਹ ਵਕੀਲ ਅੱਗੋਂ ਪੁੱਛਿਆ, ਜਰਾ ਵਾਲੇ ਬੰਦੇ ਪੁੱਛਿਆ, ਉਸ ਆਖਿਆ ਜੱਜ ਸਾਹਿਬ ਪਹਿਲੀ ਪੇਸ਼ੀ ਤੇ ਮੁਲਜ਼ਮ ਨੂੰ ਤੁਸੀਂ ਮੁਜਰਮ ਨੂੰ ਤੁਸੀਂ ਬਰੀ ਪੇ ਕਰਦੇ ਹੋ, ਔਰ ਐਨ ਮੌਕੇ ਦੇ ਉੱਤੋਂ ਫੜਿਆ ਗਿਆ ਮਾਰਨ ਵਾਲਾ ਬੰਦਾ ਬਗੈਰ ਕਿਸੇ ਗਵਾਹ ਦੀ ਵੀ ਲੋੜ ਕੋਈ ਨਹੀਂ, ਮਤਲਬ ਸਾਰੇ ਜਾਣ ਵੇਖਿਆ। ਉਸ ਆਖਿਆ ਜੇ ਕੋਈ ਮੌਲਵੀ ਹੁੰਦਾ ਨਾ ਤੇ ਮੈਂ ਕੇਸ ਅੱਗੇ ਚਲਾਉਂਦਾ, ਮੈਨੂੰ ਕੋਈ ਸਮਝ ਲੱਗਦੀ ਮੈਂ ਮੌਲਵੀ ਆਇਆ ਤੇ ਇਸ ਕੋਈ ਨਾ ਕੋਈ ਇਲਮੀ ਸ਼ੇਖ ਇੱਦੂ ਕੱਢ ਲਈਏ, ਇੱਦੂ ਕੱਢ ਲਈਏ ਤੇ ਇਸ ਉਹ ਬੰਦਾ ਚਾ ਮਾਰਿਆ। ਉਸ ਆਖਿਆ ਭੰਗੀਏ, ਇਹਦਾ ਮਤਲਬ ਹੈ ਕੋਈ ਤੇ ਗੱਲ ਉਸ ਵੀ ਜਿਹਦੀ ਕੀਤੀ ਹੈ ਨਾ ਜਿਹੜੀ ਭੰਗੀ ਤੂੰ ਵੀ ਬਰਦਾਸ਼ਤ ਨਹੀਂ ਹੋਈ। ਯਾਰ ਉੱਚੀ ਬੋਲੋ ਸਵਾਲ। ਜੱਜ ਨੇ ਇਹ ਅੱਗੋਂ ਜਵਾਬ ਦਿੱਤਾ, ਉਸ ਆਖਿਆ ਕੋਈ ਤੇ ਗੱਲ ਇੰਜ ਦੀ ਹੈ ਨਾ ਜਿਹੜੀ ਗੱਲ ਏਡੇ ਜ਼ੀ ਸ਼ੌਰ ਜਿਹੜਾ ਬੰਦਾ ਭੰਗ ਪੀ ਲਵੇ ਤੁਸੀਂ ਸਮਝਦੇ ਹੋ ਨਾ, ਉਸ ਉਸਨੂੰ ਪਤਾ ਹੀ ਨਹੀਂ ਰਹਿੰਦਾ ਬਸ ਜ਼ਮੀਨ ਕਿਹੜੀ ਤੇ ਅਸਮਾਨ ਕਿਹੜਾ, ਹਾਂ ਚੜਦਾ ਕਿਹੜਾ ਤੇ ਲਾਂਦਾ ਕਿਹੜਾ। ਉਸ ਆਖਿਆ ਵਾ ਭੰਗੀ ਬੰਦਾ ਹੋਵੇ ਤੇ ਮੋੜੋ ਬੰਦਾ ਮਾਰ ਛੱਡੇ, ਇਹਦਾ ਮਤਲਬ ਹੈ ਵੀ ਇਸ ਮਰਨ ਵਾਲੇ ਬੰਦੇ ਇਸ ਨਬੀ ਦੇ ਬਾਰੇ ਕੋਈ ਤੇ ਗੱਲ ਕੀਤੀ ਹੈ, ਜਦੋਂ ਉਹ ਆਪਣੇ ਜਜ਼ਬਾਤ ਵਿੱਚ ਕਾਬੂ ਨਹੀਂ ਰੱਖ ਸਕਿਆ ਮੈਂ ਇਹਨੂੰ ਮੌਤ ਵਾਲੀ ਸਜ਼ਾ ਕਿਵੇਂ ਦੇ ਛੱਡਾਂ। ਤੇ ਮੇਰੇ ਭਾਈਓ ਇਹ ਤੇ ਹਜ਼ੂਰ ਦੀ ਜ਼ਾਤ ਦਾ ਮਾਮਲਾ ਹੈ, ਇੱਥੇ ਵੇਖੋ ਨਾ ਕਿੱਡਾ ਕਿੱਡਾ ਢਿੱਲ ਲਾਇਆ ਹੈ ਏਜੰਸੀਆਂ, ਕਿੱਡਾ ਕਿੱਡਾ ਪੈਸਾ ਲਾਇਆ ਹੈ ਇਹਨਾਂ ਲੋਕਾਂ, ਕਿੱਡਾ ਕਿੱਡਾ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਉਹਨਾਂ ਦਾ ਦੌਰ ਹੈ। ਤਵੱਜੋ ਨਾਲ ਗੱਲ ਸੁਣਿਆ ਜੀ, ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਉਹਨਾਂ ਦਾ ਦੌਰ, ਬੱਚੇ ਪੈ ਖੇਡਣ, ਬੱਚੇ ਪੈ ਖੇਡਣ, ਇੱਕ ਬੱਚੇ ਦੇ ਹੱਥ ਵਿੱਚ ਉਹ ਖੇਡ ਵਾਲੀ ਗੇਂਦ ਸੀ ਜਾਂ ਜੋ ਵੀ ਸੀ ਉਹ ਉਹਦੇ ਹੱਥ ਤੇ ਟੁਰ ਗਿਆ, ਉਹ ਨਾ ਕਸੰਦੇ ਉਹ ਵਿੱਚ ਕੋਈ ਥੋੜਾ ਜਿਹਾ ਵਡੇਰਾ ਸੀ, ਉਸੇ ਕਿਹਾ ਮੈਂ ਕੋਈ ਨਹੀਂ ਦੇਣੀ, ਉਹ ਨਾ ਕਹਿ ਤੈਨੂੰ ਵਾਸਤਾ ਪਾਕ ਮੁਹੰਮਦ ਦਾ ਸੱਲੱਲਾ ਸੱਲਮ, ਸਾਨੂੰ ਖੇਡਣ ਦੇ ਤੇ ਸਾਨੂੰ ਗੇਂਦ ਚ ਦੇ। ਉਸ ਅੱਗੂ ਨਾ ਜਦੋਂ ਇਹ ਲਫ਼ਜ਼ ਉਹਨਾਂ ਬੱਚਿਆਂ ਬੋਲੇ ਤੇ ਉਸ ਅੱਗੂ ਨਾਜ਼ੇਬਾ ਅਲਫਾਜ਼ ਸੋਹਣੇ ਨਬੀ ਦੇ ਬਾਰੇ ਬੋਲੇ। ਮੈਂ ਤੁਹਾਨੂੰ ਇਹ ਗੱਲ ਮੈਂ ਤੁਹਾਨੂੰ ਸਮਝਾਉਂਦਾ ਪਿਆ, ਇਸ ਵਜ੍ਹਾ ਤੋਂ ਸਮਝਾਉਂਦਾ ਪਿਆ ਵੀ ਯਾਰ ਮੈਂ ਇਹਦੇ ਤੇ ਤੁਹਾਨੂੰ ਕਿਹੜੀਆਂ ਦਲੀਲਾਂ ਦੇਵਾਂ, ਕਿਹੜੀ ਤਕਰੀਰ ਕਰਾਂ, ਇੱਥੇ ਕੋਈ ਪੱਠਿਆਂ ਵਾਲਾ ਬੰਦਾ ਵੀ ਬੈਠਿਆ ਹੋਵੇ ਜਿਹਨੇ ਮਸੀਤ ਕਦੀ ਕਿਤੇ ਹੀ ਆਉਣਾ ਹੋਵੇ, ਉਸ ਬੰਦੇ ਦੇ ਅੱਗੇ ਵੀ ਹੋਰ ਭਾਵੇਂ ਜੋ ਵੀ ਹੁੰਦਾ ਰਹੇ ਸੋਹਣੇ ਨਬੀ ਦੀ ਗੱਲ ਹੋਵੇ ਤੇ ਉਸ ਫੜ ਕੇ ਅਗਲੇ ਬੰਦੇ ਨੂੰ ਭਾਵੇਂ ਆਪ ਕੁਝ ਵੀ ਨਾ ਹੋਵੇ, ਵਕਤ ਦਾ ਹਾਕਮ ਵੀ ਹੋਵੇ, ਗਵਰਨਰ ਵੀ ਹੋਵੇ ਤੇ ਉੱਤੇ ਸਿਕਿਉਰਿਟੀ ਤੇ ਖੜਿਆ ਹੋਵੇ ਤੇ ਜੋ ਬੰਦੂਕ ਨਾਲ ਗੋਲੀਆਂ ਮਾਰ ਲੈਂਦਾ ਹੈ ਤੇ ਅਸਲ ਗੱਲ ਵਿੱਚ ਹੋ ਰਹੇ ਜੀ, ਸਮਝ ਆਈ ਹੈ ਕਿ ਨਹੀਂ ਆਈ। ਉਸ ਬੱਚੇ ਉਸ ਲੜਕੇ ਜਿਸਲੇ ਗੱਲ ਕੀਤੀ ਨਾ ਇਹਨਾਂ ਬੱਚਿਆਂ ਸਾਰਿਆਂ ਨੂੰ ਫੜ ਲਿਆ, ਮਾਰ ਮਾਰ ਕੇ ਉੱਥੇ ਮਾਰ ਛੱਡਿਆ, ਕੇਸ ਬਣ ਗਿਆ। ਜਿਸਲੇ ਹਜ਼ਰਤ ਉਮਰ ਕੋਲ ਗੱਲ ਮਦੀਨੇ ਆਈ ਨਾ ਤੇ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਉਹਨੇ ਜਸ਼ਨ ਮਨਾਇਆ, ਏਡਾ ਜਸ਼ਨ ਮਨਾਇਆ ਜਿਤਨੇ ਮੁਲਕ ਫਤਿਹ ਹੋਏ, ਜਿਤਨੀ ਫਤੂਹਾਤ ਜੋ ਵੀ ਮਾਮਲਾਤ ਇਸਲਾਮ ਦੇ ਹੋਏ, ਕਿਸੇ ਮੌਕੇ ਤੇ ਇੰਜ ਦਾ ਜਸ਼ਨ ਨਾ ਮਨਾਇਆ ਜਿਵੇਂ ਦਾ ਜਸ਼ਨ ਉਹਨਾਂ ਬੱਚਿਆਂ ਦੇ ਉਸ ਛੋਰ ਨੂੰ ਮਾਰਨ ਤੇ ਮਨਾਇਆ। ਨਾਲ ਦੇ ਸੰਗੀਆਂ ਵਜ਼ੀਰਾਂ ਮਸ਼ੀਰਾਂ ਪੁੱਛਿਆ ਸਰਕਾਰ ਏਡਾ ਆਲੀਸ਼ਾਨ ਜਸ਼ਨ ਉਮਰ ਪੂਰੀ ਜ਼ਿੰਦਗੀ ਵਿੱਚ ਨਹੀਂ ਮਨਾਇਆ, ਅੱਜ ਕਿਹੜੀ ਗੱਲ ਤੋਂ ਮਨਾਇਆ ਹੈ। ਹਜ਼ਰਤ ਉਮਰ ਦਾ ਜਿਹੜਾ ਜੁਮਲਾ ਹੈ ਨਾ ਆਏ ਹਾਏ ਹਾਏ, ਹਜ਼ਰਤ ਉਮਰ ਫਰਮਾਉਂਦੇ ਨੇ ਮੈਂ ਅੱਜ ਜਸ਼ਨ ਇਸ ਗੱਲ ਤੋਂ ਮਨਵਾ ਤੇ ਮਨਾ ਰਿਹਾ ਬਾ ਇਸ ਕੌਮ ਦੇ ਬੱਚਿਆਂ 'ਚ ਵੀ ਹੁਣ ਇੰਨੀ ਗੈਰਤ ਆ ਗਈ ਹੈ ਬਾ ਹਜ਼ੂਰ ਦੀ ਗੱਲ ਹੋਵੇ ਤੇ ਕੋਈ ਤਸੱਲੀ ਨਹੀਂ ਕਿ ਇਹ ਦੂਜੇ ਦੀ ਜਾਨ ਵੀ ਲੈ ਲੈਂਦੇ ਹੈ। ਵੱਡੇ ਤੇ ਵੱਡੇ ਰਹਿ ਗਏ ਨਾ ਹੁਣ ਇਹਨਾਂ ਬੱਚਿਆਂ 'ਚ ਵੀ ਇੰਨਾ ਜਜ਼ਬਾ ਪੈਦਾ ਹੋ ਗਿਆ ਬਾ ਹਜ਼ੂਰ ਦੀ ਗੱਲ ਹੋਵੇ ਤੇ ਬਗੈਰ ਕਿਸੇ ਤਸੱਲੀ ਬਗੈਰ ਕਿਸੇ ਪੁੱਛਿਓ ਇੰਨਾ ਹੁਣ ਜਾਨ ਲੈਣ ਕਰਨੀ। ਆਪਨੇ ਫਰਮਾਇਆ ਮੈਂ ਹੁਣ ਜਸ਼ਨ ਇਸ ਗੱਲ ਦਾ ਬਣਾ ਰਿਹਾ ਬਾ ਮੁਸਲਮਾਨ ਏਡਾ ਕੁ ਈਮਾਨ ਦਾ ਮਜ਼ਬੂਤ ਹੋ ਗਿਆ ਕਿ ਸਾਡੇ ਬੱਚੇ ਵੀ ਹਜ਼ੂਰ ਦੀ ਨਾਮੂਸ ਤੇ ਪੈਰਾਂ
ਦੱਸੋ ਹਜ਼ੂਰ ਦੀ ਨਮੋਸ ਤੇ ਪਹਿਰਾ, ਹਜ਼ੂਰ ਦੀ ਇੱਜ਼ਤ ਤੇ ਪਹਿਰਾ, ਅਸਾਂ ਸਾਰੇ ਸਾਡੇ ਅਮਲ ਪਤਾ ਨਹੀਂ ਕੀ ਹੋ ਜੇ ਕਾਲੇ ਸਹੀ, ਲੇਕਿਨ ਅਗਰ ਹਜ਼ੂਰ ਦੀ ਇੱਜ਼ਤ ਔਰ ਨਮੋਸ ਦੀ ਬਾਤ ਆਵੇਗੀ ਤਾਂ ਮੇਰਾ ਖਿਆਲ ਹੈ ਹਰ ਸ਼ਖਸ ਦਾ ਦਿਲ ਹੋਵੇਗਾ ਸਫ਼ੇ ਅਵਲ ਦਾ ਮੁਜਾਹਿਦ ਮੈਂ ਬਣਿਆ। ਫਿਤਰਤੀ ਤੌਰ ਤੇ ਅੱਲਾਹ ਨੇ ਫਰਮਾਇਆ ਇਨਨਾ ਸ਼ਾਨਿਅਕਾ ਹੁਵਲ ਅਬਤਰ। ਐ ਮਹਿਬੂਬ ਸੱਲੱਲਾਹੁ ਅਲੈਹਿ ਵਸੱਲਮ, ਜੋ ਆਪ ਦੀ ਸ਼ਾਨ ਚ ਬੁਰਾ ਲਫ਼ਜ਼ ਬੋਲੇਗਾ ਨਾ ਉਹ ਉਜੜ ਜਾਏਗਾ। ਹੁਵਲ ਅਬਤਰ, ਉਹ ਉਜੜਿਆ ਅਬਤਰ ਹੋਏਗਾ। ਤੁਸੀਂ ਤੱਕ ਲਓ ਕਿ ਜਿਸ ਵੀ ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਤੋਹੀਦ ਕੀਤੀ ਹੈ ਨਾ ਉਹ ਮੁੜ ਆਬਾਦ ਨਹੀਂ ਹੋਇਆ। ਬਲਕਿ ਮੈਂ ਇੱਕ ਜਗ੍ਹਾ ਤੇ ਪੜ੍ਹਿਆ ਸੀ ਔਰ ਮੈਂ ਬੜੀ ਇਹਤਿਆਤ ਕੀਤੀ ਕੋਈ ਜੁਮਲਾ ਗਲਤੀ ਨਾਲ ਵੀ ਮੂੰਹ ਚੋਂ ਨਾ ਨਿਕਲ ਜਾਵੇ ਕਿ ਹਰ ਗੁਨਾਹ ਜੈਸਾ ਗੁਨਾਹ ਵੀ ਹੋਵੇ ਅੱਲਾਹ ਤਾਲਾ ਜਦੋਂ ਬੰਦਾ ਤੌਬਾ ਕਰਦਾ ਹੈ ਨਾ ਤੇ ਅੱਲਾਹ ਤੌਬਾ ਦੀ ਤੌਫੀਕ ਉਸ ਬੰਦੇ ਨੂੰ ਦੇ ਛੱਡਦਾ ਹੈ, ਤੌਬਾ ਵਾਲੇ ਪਾਸੇ ਮੁੜ ਜਾਂਦਾ ਹੈ ਔਰ ਰੱਬ ਉਹਦੀ ਤੌਬਾ ਕਬੂਲ ਕਰ ਲੈਂਦਾ ਹੈ। ਲੇਕਿਨ ਜਿੱਡਾ ਵੀ ਨੇਕ ਹੋਵੇ ਜੇ ਸੋਹਣੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਤੁਹੀਨ ਕਰ ਪਵੇ ਨਾ ਅੱਲਾਹ ਉਹਨੂੰ ਵਾਪਸੀ ਦੀ ਸਮਝ ਨਹੀਂ ਆਉਣ ਦਿੰਦਾ ਬਸ ਵਾਪਸੀ ਵਾਲਾ ਵੀ ਕੋਈ ਰਾਹ ਹੈ। ਫੀ ਤੁਗਯਾਨਹਿਮ ਯਅਮਹੂਨ, ਉਹ ਇੰਜ ਦਾ ਪਟੜੀ ਤੂੰ ਲਾਂਦਾ ਹੈ ਬਸ ਉਹ ਅਗਾਂ ਲੱਥਾ ਹੀ ਜਾਂਦਾ ਹੈ ਪਿਛਾਂ ਵਾਲਾ ਰਾਹ ਆਉਂਦਾ ਰਹਿੰਦਾ। ਇਸ ਵਾਸਤੇ ਜਦੋਂ ਨਬੀ ਦੀ ਜ਼ਾਤ ਦੀ ਗੱਲ ਹੋਵੇ ਉਦੋਂ ਬੋਲਣਾ ਵੀ ਧਿਆਨ ਨਾਲ ਏ ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਦੇ ਬਾਰੇ, ਇਹ ਇੰਡੀਆ ਹੋਵੇ ਜਾਂ ਯੂਰਪ ਹੋਵੇ, ਈਸਾਈ ਹੋਵੇ ਜਾਂ ਯਹੂਦੀ ਹੋਵੇ, ਦਹਰੀਆ ਹੋਵੇ ਜਾਂ ਜੀਓ ਜਿਹਾ ਵੀ ਹੋਵੇ, ਮੇਰੇ ਨਬੀ ਦੀ ਸ਼ਾਨ ਨਾ ਘਟੀ ਨਾ ਕਿਸੇ ਬੰਦੇ ਕੋਲੋਂ ਘਟਾਈ ਜਾਣੀ ਹੈ। ਝੱਲੇ ਤੇ ਕਮਲੇ ਨਾਦਾਨ ਨੇ ਐਵੇਂ ਪੈਸਾ ਤੇ ਟਿੱਲ ਤੇ ਆਪਣੀ ਆਖਰਤ ਬਰਬਾਦ ਕਰਦੇ ਨੇ। ਇਸ ਸ਼ਮਾ ਨੂੰ ਰੱਬ ਉੱਚਿਆਂ ਕਰਕੇ ਬਾਲ ਛੱਡਿਆ ਹੈ, ਹੁਣ ਬੰਦੇ ਜੋ ਮਰਜ਼ੀ ਨੇ ਕਰਦੇ ਰਾਣ, ਇਹ ਮੇਰੇ ਨਬੀ ਦੀ ਇੱਜ਼ਤ ਵਾਲੀ ਸ਼ਮਾ ਨੂੰ ਕੋਈ ਹਵਾ ਬੁਝਾ ਨਹੀਂ ਸਕਦੀ ਹੈ। ਅਜ਼ੀਜ਼ਾਂ ਨੇ ਗ੍ਰਾਮੀ ਕਦਰ, ਮੈਂ ਤੇ ਇੱਥੇ ਯੂਰਪ ਵਾਲੇ ਹੋਣ ਜਾਂ ਇੰਡੀਆ ਵਾਲੇ ਹੋਵਣ ਇੱਕੋ ਹੀ ਜਵਾਬ ਦੇਵਾਂਗਾ, ਕੈਸੇ ਸਮਝੇ ਗੇ ਤੇਰੀ ਸ਼ਾਨ ਜ਼ਮਾਨੇ ਵਾਲੇ, ਕੈਸੇ ਸਮਝ ਮੁਹੱਬਤ ਫਾਰਜ਼ਲੇ ਬਰੇਲਵੀ ਰਹਿਮਤੁਲਾਹ ਤਾਲਾ ਲਈ ਆਪ ਬੋਲੇ ਤੇ ਆਪ ਫਰਮਾਉਂਦੇ ਨੇ ਮਿਟ ਗਏ ਮਿਟਤੇ ਹੈ ਮਿਟ ਜਾਏ ਗਿਆ
भी चर्चा तेरा मिट गए मिटते मिट जाए कभी चर्चा तेरा और बरफाना लक जिक्र कह साया तुझे पर जिक्र اللہ نے فرمایا ورفعنا لک ذکرک ورفعنا لک ذکرک اللہ حضرت فرماتے ہیں ورفعنا لک ذکرک کا ہے سایہ تجھ پر ورفعنا لک ذکرک کا ہے سایہ تجھ پر ذکر اونچا ہے بول ہے بالا تیرا بندے آؤں تشیتے میں جنہ مٹے لالویے رب ذکر بلند کر چھڑے آئے اور بندے کسے کو گھٹایا نہیں جانا ہاں ایک کم ہے جیڑا اس ذکر دے نال جوڑ جاوے جی میں ذکر اچھا ہے اے میں ذکر کرن نالا بھی اچھا ہو جاندہ ہے عزیزہ نے گرامی قدر ایت بندے نے جدو میرے نبی دی عزت و ناموس دی گل ہووے بندے تے بندے رہ گئے اللہ جانوراں تو بھی میرے پاک نبی دی عزت تے پہرا دیوا لیندے اج تو تے میں نامی بولیے پاک نبی دی عظمت نو اللہ نے بلند فرمایا تو میں تے محتاج اس ذکر دے رہ گئے حضرت دیوکار حلقو خان جس ویلے عیسائیت المائل ہویا عیسائیت دی طرف چلا گیا میرے بیلیا مختلف پادریاں نو دعوت دے کے اپنے خاندان دے لوگاں نو عیسائیت لے کے جندر ہے ایک خاندان دی عظیم عورت ہائی جدو عیسائیت لگئی انہیں جشن منایا جشن دے اندر حلق خان بڑا بڑا پادری بلوایا اس نے جناب والا پادری نے جس ویلے تقریر شروع کی تھی پاک نبی دی عظمت دیتر گستاخانہ جملہ بولیا حضرت دیوکار کتا بدہ ہویا ہے زنجیر دنال بلیا ہویا کتا ہے جس ویڑے پادری نے میرے پاک نبی دی توہین کی تھی ہے کتے نے زور لائے زنجیر ٹٹ گئی کتا دوڑ کے آکے پادری دے جناب والا اس نے آکے حملہ کیتا لوگا چھوڑا لیا وچ بٹھے بندے سمجھ گئے کتا کیوں اٹھے آئے میرے پاک نبی دے غلموں جس ویلے انہ لوگاں نے اس کتے نو پھڑے آئے پھڑ کے بن چھڑے آئے تیو پادری بھی سمجھ گیا لیکن جس لے بندہ ٹھیٹ ہو جاوے جس ویلے عقل ختم ہو جاوے مڑ ساک نبی دی گستاخی دی کتہ بھی نہیں برداشت کردہ شاید اس واسطے میاں صاحب بولے تیا فرمان دینے قدر نبی
عظمت مصطفیٰ عظمت میں گل کراں گا انڈیا چھڑ کے جتھو دا کو مرضی ہووے اس اپنی ہلاکت نو دعوت دینی ہے سونے نبی صلی اللہ علیہ وآلہ وسلم دی شان دے اندر گستاخی کر کے گستاخی والا جملہ بول کے انہیں بدبختی نو دعوت دینی ہے یہ دے لو او مسلمان مسلمان تیرا حق کون پتہ ہے کی بندا ہے صلاح الدین ایوبی محبت نہ بولو سبحان اللہ ایڈے ٹھڈے ہو سیال موڑ دے بندے نہ ہے پتہ نہیں کیوں ایڈے ٹھڈے ہو گئے ہو یو اچھی بولو سبحان اللہ یا مٹھا نہ بولیا کرو تھوڑے اچھے بولن نال ساڈا تھوڑا جا دل اچھا ہو جاتا ہے چنگا نہیں بس سیدہ دا دل اچھا تسی اللہ دے ذکر نال کردے رہو تے نالے جس لے سید راضی ہون تے مڑ اللہ رحمت چا کردا ہے تے اللہ دا حبیب راضی ہو جاندا ہے تے اسی راضی تھوڑے کول انج نہیں ہوندے بس تسی ساڈے جی پیر دباؤ تے تسی ساڈے مرید ہو جاؤ تے تسی ساڈے جتھے بوو تے ساڈی گل کرو بھائیا مڈو نہ کیتا کرو بس اسی راضی انج ہنے آ بس رب دا نام سونا لبو رب دے رسول دی گل منو رب دی منو بس اے دو کام کردے رہو اے تے اسی تھوڑے تے راضی راضی ہاں جی عزیزان محتشم میں گل کر رہا ہاں صلاح الدین ایوبی ایک علاقے دے اندر نا ایک عیسائی کمانڈر اس نے نا مسلمان عورت یا کوئی مرد اس نو جس لیے جنگ ہو رہی سی نا تو ظاہری بات بندہ گھبرا جاتا ہے تو اسے کیا یا رسول اللہ مدد کرے جائے اس کمانڈر اس عورت نو پھڑ لیا یا اس بندے نو پھڑ لیا اس کا سادہ رسول سادہ نبی نو تین بچاوے اللہ اکبر ایک گل صلاح الدین ایوبی تک پڑ گئی فلانے کمانڈر اینج گل کیتی سی ایس موقع دیتے صلاح الدین ایوبی اس لیا تھا جی کر لیا اکھا یا اللہ گناہگار ہیں یا جو بھی ہیں اس وقت تک موت نہ دیویں جس وقت تک اس بندے نو پھڑ کے میں آپ نہ مار نہ مار
देखो कैसी दुआ कैसी मांग रहे हैं कि या अल्लाह उस वक्त तक मौत ना देवी जिस वक्त तक वो बंदा फाड़ के मैं आप ना मार लवा, यानी मारना भी मैं अपने हथी मारना है तो उस वक्त तक मौत भी ना आवे। जंगा का सिलसिला जारी रहा, वो फड़ींदे फड़ींदे मुसलमाना ने अल्लाह गलबा दिता, वो सारे फड़ी गए। जिसले वो सारे फड़ी गए ना उन्होंने अमन मुआहदा हो गया, जजिया भी उन्हें खासी देने हैं, मतलब अमन मुआहदा हो गया। जिस अमन मुआहदा होया ना सलाहुद्दीन अयूबी दो कमांडर उन्होंने डक ले, एक आख्या सदो सद अपने नबी नू, ऐ लफ्ज़ उस जदों बोले सन, एक ते एक होर, बाकी सारे अलहदा चकीते थे। वो तलवार लैके ना सलाहुद्दीन अयूबी ने उस बंदे ने सद्या, सद के ना सलाहुद्दीन अयूबी ने फरमाया तू आख्या आया बस सद नबी, तू ये गल कीती है सद अपने नबी नू। उस आख्या गलती हो गई है, जो भी उस लफ्ज बोलिया उस आख्या यो थां है जिथे गलती की गुंजाइश ही कोई नहीं। सलाहुद्दीन अयूबी तलवार मारी बंदे की गर्दन उड़ा दी और एडी जोर दा अल्लाह अकबर बोलिया सी कि पूरे ईवान के अंदर हर बंदे अल्लाह अकबर दे सदा सुनी सी, इतने जलाल नाल सलाहुद्दीन अयूबी ने ना उस बंदे ते तलवार चलाई। हुण दूजा डर गया ते सलाहुद्दीन अयूबी उन्हें मुस्कुरा के फरमाते ने तू ना डर, तेनू कुछ नहीं आखां दा, मुआहदा होने तो बाद भी इस बंदे नु मारन दी वजह यह सी लड़ना वास्ते साडे नाल लड़दा रहिंदा विच पाक नबी दी गल क्यों कीती है। हाय हाय हाय, जिसले रसूलुल्लाह सल्लल्लाहु अलैहि वसल्लम दी ये गल करे और मैं हाकिम वक्त भी होवां और ये हुजूर दे बारे इंज इंज निक्का जुमला बोल जाए, फरमाया मैं इस तू मारे, तू ना घबर तेन नहीं मारदा, साडा थोड़ा मुआहदा जो हो गया असि मुआहदा मुसलमान मुआहदे के खिलाफ असि ना करते, पर जेड़ा साडे नबी की शान च गुस्ताखी करे उन्हों से जिंदा भी रहन देंदे। ये भाइया भावें अज का दौर हो भावें कयामत दे नेड़े दा भी दौर आ जाए, खां जदू मेरे पाक नबी की शान च किसे गुस्ताखी करनी है उस गुस्ताखी का बदला लैण आला भावें दाड़ी आला होवे ते भावें बगैर दाड़ी तो होवे बदला साइयां लै लेना है। तुसी आज साड़ियां अखां दे सामने सामने कुछ जो है ने नमूसे रिसालत दे पहरेदार उन्हां दे चेहरे असां वेखे ना, मौलवी विच घट ही है, गाजी आमर चीमा केड़े मौलवी है कोनी समझ है, गाजी इल्मुद्दीन केड़े मौलवी है, उन्हां दे इन्हां दोवां जिन्हां मैं शहादा दे नाल लैन इन्हां दोवां दे चेहरे ते दाड़ी कोई नहीं। भाई हुजूर दे नाल मोहब्बत दा ताल्लुक दाड़ी नाल नहीं, उच्ची बोल यार सवाल अल्लाह, हुजूर दे नाल मोहब्बत दा ताल्लुक दाड़ी नाल। भाई मैं इत्थे बैठे हाँ, हो सकता है मेरे नाल ज्यादा हुजूर दी मोहब्बत च तड़प जान वाली बिजली थल्ले बैठे बगैर दाड़ी वाले च होवे, ये को समझ आई है कि नहीं है। इस वास्ते सानू कोई घबराहट नहीं, ये उन्हें घबराहट है जिन्ना किया है और देख लेंगे इंशाअल्लाह अज़ीज़ मेरे रब दा वादा है इन्ना शानिया का हुवा लबता महबूब जेड़ा तेरी गुस्ताखी करेगा ना वो उजड़ेगा, उन्हें आपे उजड़ जाना है जिन्ना मेरे हुजूर दी तोहीन या मेरे पाक नबी सल्लल्लाहु अलैहि वसल्लम दी अजमत इसको नाज़ेबा जुमले बोलने आपे उजड़ते रहने। आज दे मुसलमान तेनू की करना चाहिए, आज तो बाद चलो अगे फिल्म ड्रामा इंडिया का वेख लेना है, पाकिस्तानी भी जायज नहीं मते कई बंदे नतीजा काट ले ना भाई आखिर में चलो पाकिस्तानी भी हम जायज हो गए, ड्रामा हो या फिल्म हो कोई भी जायज है, पर जड़ियां अगे हूँ इंडिया दियां फिल्मां इंडिया दे गाने इंडिया दे जनाब वो तुसी सटारां सटार वाल नंदी मतलब कि वेखना बा फलाने भाई अंज दे बनवाए ने हूँ मैं भी इंज दे बनवाने ने फलाने अंज की शर्ट पाई है मम्मी अंज दी पानी है छड़ यार उन्हां नूं तू अपना
आइडियल बनाना है ते तेरी जिंदगी कोई निखार नहीं होंदा। आ तेनू मैं दसा तेरी जिंदगी निखर के मुनफरिद हो के सारे लोगों के अंदर इस तरह चमकन लग जाएगी। आइडियल बना जाते मुस्तफा सल्लल्लाहु अलैहि वसल्लम नू रब्बे काबा दी कसम है लोग तेरा जिक्र भी करन दे तेरे पीछे भी चलन। आइडियल जो आइडियल बनाना ना किसी हस्ती ने मौला हुसैन नू बना लो। आइडियल बनाना ना मौला कायनात मौला मुर्तजा शेर खुदा आप नू बना लो। आइडियल बनाए मौला हसन नू बना लो। आइडियल बनाना इमाम बाकर नू बना लो। इमाम जाफर सादिक गाजी अब्बास नू अपना आइडियल बना लो। जी आइडियल असि ऐसी शख्सियत नू बनावीए जिन्ना दे मगर लग्या। मैं पूरे दावे नाले गल करन लगा अगर कोई बंदा आइडियल हुजूर गौस आजम शेख अब्दुल कादर जिलानी नू बना लवे दुनिया ओदे कदमां ते मरदी रहंदी है। मेरे दाता लिए जवेरी नू बना ले पीर बेर अली शाह रन बना ले पीर श्याल लजपाल नू बना ले खाजा कमरुद्दीन नू बना ले। आइडियल बना ना उन्होंने उन्होंने आइडियल बना के चल पे दुनिया तेरे पीछे दुनिया तेरी मानता है बंदा फिर आइडियल उन्होंने बनाए ना जिन्होंने आइडियल बना ले। मैं हैरान होना हूं ऐसा भी जुलूस अल जाना है और मैं दावत देंगा सारे संगियों को गैरत ईमानी है साड़ी गैरत ईमानी का तकाजा है कि असी जुलूस जाइए और जाके उस मलाउना दे बारे आवाज बुलंद करिए लेकिन नारा मार के हट के घर जाके तेरे कमरे के अंदर उस मुल्क की ट्रांसमिशन चलती पी हो तो तू ला के बह जावे हूँ अपने जमीर से अपने ईमान को भी पूछ नहीं बा हूँ नारा केड़ा मार के आया तो हूँ इतने की पै कर समझ आई। उन्हें साढ़े नबी की तुहीन की असा अज तो बाद ना उन्हें बनाई हुई कोई शह लैनी है ना खानी है। अपने साडे मुल्क हर नेमत नहीं अल्लाह बनाई है। चलो उदलियां चीजा तो साढ़े अल घट ही होंगे ने टीवी के उत्ते उन्हां दा चैनल अगे तू चलाना इस्लाम वाले मदनी चैनल लो जी वेखने गिंदा जाना मेरी तरफ गंदा बत हर रोज अपनियां बेटियां बीवी मां जो भी घर के अंदर औरतां उन्होंने बिठा के खुद नाल बह के एक घंटा हर रोज वेखन लगता है इकताली दिहाड़े किन्ने चलो यार पूरे भी विचू घटा के इक्की दिहाड़े तक लो हर रोज एक घंटा खुदा दी कसम तेरे घर चु जन्नत की खुशबू ना शुरू हो गई तो गल कर बेटियां परदा बीवी परदा मां परदा खुदा दी कसम तेरे घर अजब जहा रंग हो जाना है जिस घर चो आज तक नाचाकी ते लड़ाई ते रिजक दी तंगी नहीं सी पे मुकदी उस घर दे अंदर हर वक्त रहमत हो जानी है। क्यों असल चो थुलब दे खालस दीन है ते जिसले दीन घर वड़ जाए या बंदे दी जिंदगी च वड़ जाए हर पास से जन्नत दी खुशबू आ जाती है। पता ही क्यों बंदा जियो जिहा काम करे ना उहो जिही उहदे विच बंदे दे विच जो है वो हरारत आ जाती है। जे बंदा गल मदीने दे इश्क वाली करे ते हरारत इश्क मुस्तफा दी होनी है ते जे तू इश्क मुस्तफा दी हरारत आई ना मुड़ पुत्र ए भावे जो मर्दी न करदे रहन जदों मुसलमान ठीक हो जाना है ना उदू जितना मुसलमान दी तादाद है ना अज अगर मुसलमान ठीक हो जाए ना रब्बे काबा दी कसम दुनिया दी कोई ताकत मुसलमान दे सामने खड़ी नहीं हो सकती है। सानू खुद नू बदलने दी जरूरत है। तो तीन बजे रैली का भी एहतमाम है संगी आवया जे ते उस दे अंदर भी शिरकत करया जे और मेरे नबी सल्लल्लाहु अलैहि वसल्लम दा नाम उच्चा है उच्चा रहना है हमेशा रहना है। बस इको शेर पढ़न लगा और उस शेर दा आखिरी जुमला जड़ा है ना ओए मुहम्मद हमारे बोलो सारे मुहम्मद हमारे ये तुसा सारे मेरे अंदर मिल के पढ़ना है मुहम्मद हमारे
पहले बेशक चुप करके सुनते रहे जे पर जिसने इतने आवा उसने सारे रल के पढ़ना साडा बयान भी रिकॉर्ड हो जाए सीधा पहले तुसा एवं चन मूह करके अंज किया जे तो मूह अपना गंदा किया जे चन तो मुड़ भी चमक दे रहा जी अजीदा ने गिरा कदर जलंधरी बोले बड़ी सोहनी गल कर गया फरमांदे ने मुन पियो में रहमत लकबे पान वाले मुन पियो में रहमत अपने पराए का गम खाने वाले मुसीबत में गैरों के काम आने वाले मुसीबत में मोहम्मद हमारे बड़ी शान वाले मोहम्मद हमारे हाथ लहरा के गवाह बना के मोहम्मद हमारे बड़ी शान वाले मोहम्मद ईशान वाले मोहम्मद हमारे जिन्ना संगियां रैली जाना होवे वो इत्थे इंतजार करे जे सारे रल के चलांगे जिस बंदे